ਰੁਪਾ ਬਾਜਵਾ ਦਾ ਨੋਵਲ ਹੈ ਸਾੜੀ ਸ਼ੌਕ ਪਹਿਲਾ ਅੰਤ ਰਾਮਚੰਦ देर ਤੱਕ ਸੁੱਤਾ ਰਿਹਾ ਤੇ ਉਦੋਂ ਹੀ ਜਾਗਿਆ ਜਦੋਂ ਹੀਠਾਂ ਗਲੀ 'ਚ ਆਉਂਦੀ ਲੜਾਈ ਦੀਆਂ ਉੱਚੀਆਂ ਆਵਾਜ਼ਾਂ ਨੇ ਉਹਨੂੰ ਜਗਾ ਦਿੱਤਾ ਉਹਨੇ ਆਪਣੀ ਅੱਖਾਂ ਮਲੀਆਂ ਮੰਜੇ ਤੋਂ ਉੱਠਿਆ ਖਿੜਕੀ ਤੱਕ ਗਿਆ ਲੋਹੇ ਦੇ ਜੰਗਾਲ ਲੱਗੇ ਸਰੀਆਂ ਦੇ ਵਿੱਚ ਦੀ ਝਾਕਦੇ ਹੋਏ ਉਹਨੇ ਦੇਖਿਆ ਦੋ ਬੰਦੇ ਲੜ ਰਹੇ ਸਨ ਉਹਨਾਂ ਵਿੱਚੋਂ ਇੱਕ ਦੁੱਧੀ ਸੀ ਜਿਹੜਾ ਦੁੱਧ ਪਾਉਣ ਤੋਂ ਬਾਅਦ ਸਾਈਕਲ ਤੇ ਜਾ ਰਿਹਾ ਸੀ। ਉਹਦੇ ਸਾਈਕਲ ਦੇ ਦੋਹੀ ਪਾਸੇ ਜ਼ਿੰਕ ਦੀ ਪਾਲਿਸ਼ ਵਾਲੇ ਦੋ ਵੱਡੇ ਢੋਲ ਜਿਹੜੇ ਕਿ ਐਲੂਮੀਨੀਅਮ ਵਰਗੇ ਲੱਗਦੇ ਸਨ ਲਟਕੇ ਹੋਏ ਸਨ। ਤੇ ਇਹਨਾਂ ਵਿੱਚੋਂ ਇੱਕ ਖਾਲੀ ਢੋਲ ਤੰਗ ਗਲੀ ਵਿੱਚੋਂ ਲੰਘਦੇ ਹੋਏ ਤੁਰੇ ਜਾਂਦੇ ਇੱਕ ਬੰਦੇ ਦੇ ਵਿੱਚ ਜਾ ਵੱਜਿਆ। ਲੜਾਈ ਛਿੜ ਗਈ ਤੇ ਦੋਵੇਂ ਜਣੇ ਗੁੱਸੇ ਨਾਲ ਲਾਲ ਪੀਲੇ ਹੁੰਦੇ ਹੋਏ ਆਪਸ ਵਿੱਚ ਲੜ ਰਹੇ ਸਨ। ਰਾਮਚੰਦਨੀ ਕੰਧ ਦਾ ਆਸਰਾ ਲੈਂਦੇ ਹੋਏ ਖਿੜਕੀ ਦੇ ਕੋਲ ਖਲੋਕੇ ਸੁੱਤੋਂ ਨੀਂਦੇ ਵਿੱਚ ਹੀ ਆਪਣੇ ਦੰਦਾਂ ਨੂੰ ਬੁਰਸ਼ ਕੀਤਾ ਉਹ ਲੜਾਈ ਨੂੰ ਅੰਤ ਤੱਕ ਦੇਖਦਾ ਰਿਹਾ ਜਦੋਂ ਤੱਕ ਪਹਿਲਾਂ ਇਸ ਦਿਲਚਸਪੀ ਲੈ ਰਹੇ ਦਰਸ਼ਕ ਤੰਗ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਲੜ ਰਹੇ ਦੋਹਾਂ ਬੰਦਿਆਂ ਨੂੰ ਸ਼ਾਂਤ ਕਰ ਦਿੱਤਾ ਸਦਾ ਇਸੇ ਤਰ੍ਹਾਂ ਹੀ ਹੁੰਦਾ ਸੀ ਗਲੀਆਂ ਛਾਉਣ ਵਾਲੀਆਂ ਲੜਾਈਆਂ 'ਚ ਸ਼ਾਮਲ ਹੋਣ ਵਾਲੇ ਲੋਕ ਸੋਚਦੇ ਸਨ ਕਿ ਜੇ ਦਰਸ਼ਕਾਂ ਦੇ ਦਖਲ ਦੇਣ ਤੋਂ ਪਹਿਲਾਂ ਹੀ ਉਹਨਾਂ ਲੜਾਈ ਬੰਦ ਕਰ ਦਿੱਤੀ ਤੋਨ ਦੀ ਬੇਸਤੀ ਹੋ ਜਾਏਗੀ ਇਸ ਤੋਂ ਬਾਅਦ ਰਾਮਚੰਦ ਨੂੰ ਘੜੀ ਦੇਖਣ ਦਾ ਚੇਤਾ ਹੀ ਨਹੀਂ ਰਿਹਾ ਉਹ ਕਾਫੀ ਦੇਰ ਤੱਕ ਖਿੜਕੀ ਦੇ ਵਿੱਚੋਂ ਖਾਲੀ-ਖਾਲੀ ਨਜ਼ਰ ਨਾਲ ਵੇਖਦਾ ਰਿਹਾ ਤੇ ਉਹਦਾ ਮਨ ਖਾਲੇ ਵੀ ਨੀਂਦ ਕਾਰਨ ਧੁੰਦਲਾ ਜਾਇਆ ਸੀ ਠੰਡੀ ਸਵੇਰ ਸੀ ਉਹਦੇ ਅੰਗ ਤੇ ਮਨ ਦੋਵੇਂ ਜੰਮੇ ਹੋਏ ਸਨ ਉਹਦੀਆਂ ਹਰਕਤਾਂ ਵੀ ਸੁਸਤ ਸਨ ਜਦੋਂ ਤੱਕ ਰਾਮਚੰਦ ਨੇ ਮੇਜ਼ ਤੇ ਪਈ ਲਾਲ ਰੰਗ ਦੀ ਛੋਟੀ ਜੀ ਘੜੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕਿ ਉਹ ਨੂੰ ਦੇਰ ਹੋ ਗਈ ਹੈ ਉਦੋਂ ਤੱਕ ਸੱਚਮੁੱਚ ਹੀ ਬਹੁਤ ਦੇਰ ਹੋ ਚੁੱਕੀ ਸੀ ਉਹ ਕਾਲੀ ਕਾਲੀ ਨਹਾਤਾ ਤੇ ਕੱਪੜੇ ਪਾਏ ਅਜਿਆਂ ਕਰਦੇ ਹੋਏ ਉਹਨੇ ਸਮਾਨ ਥਾਂ ਪਰ ਥਾਂ ਸੁੱਟਿਆ ਤੇਲ ਵਾਲੇ ਸਟੋਵ ਤੇ ਨਹਾਉਣ ਵਾਲੀ ਪਾਣੀ ਨਹਾਉਣ ਲਈ ਪਾਣੀ ਗਰਮ ਕਰਦੇ ਹੋਏ ਆਪਣੇ ਹੱਥ ਸਾੜ ਲਏ ਆਪਣੀ ਕਮੀਜ਼ ਦੇ ਬਟਨ ਬੰਦ ਕਰਦੇ ਹੋਏ ਇਹਨਾਂ ਨੂੰ ਉੱਪਰ ਖੇਠਾਂ ਲਾ ਲਿਆ ਤੇ ਪਹਿਲਾਂ ਤੋਂ ਹੀ ਗੰਦੇ ਫਰਸ਼ ਤੇ ਵਾਲਾਂ ਵਿੱਚ ਲਾਉਣ ਵਾਲਾ ਤੇਲ ਵੀ ਡੋਲ ਲਿਆ ਉਸ ਕੋਲੋਂ ਲੋਹੇ ਦਾ ਭਾਰੀ ਤਾਲਾ ਸਣੇ ਕੁੰਜੀਆਂ ਵੀ ਕਿਤੇ ਰੱਖਿਆ ਗਿਆ ਸੀ ਇਹ ਦੋਵੇਂ ਉਹਨੂੰ ਆਖਰਕਾਰ ਆਪਣੀ ਮੇਜ਼ ਦੇ ਉੱਤੇ ਹੀ ਲੱਭ ਪਏ ਪਰ ਇਹ ਤੋਂ ਪਹਿਲਾਂ ਉਹਨੇ ਸਾਰੇ ਕਮਰੇ ਚ ਇਹਨਾਂ ਨੂੰ ਲੱਭਦਿਆਂ 15 ਮਿੰਟ ਲਾ ਦਿੱਤੇ ਸਨ ਉਹ ਕਮਰੇ ਚੋਂ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਦੁਕਾਨ ਵੱਲੋਂ ਤੁਰ ਪਿਆ ਦੁਕਾਨ ਵੱਲੋਂ ਜਾਂਦੇ ਹੋਏ ਉਹ ਕਦੇ ਦੌੜਦਾ ਕਦੇ ਤੇਜ਼ੀ ਨਾਲ ਤੁਰਦਾ ਭੀੜੇ ਬਾਜ਼ਾਰਾਂ ਤੇ ਭੀੜੀਆਂ ਗਲੀਆਂ ਵਿੱਚੋਂ ਦੀ ਲੰਘਦਾ ਹੋਇਆ ਪੈਦਲ ਤੁਰਨ ਵਾਲਿਆਂ ਨੂੰ ਪਿੱਛੇ ਛੱਡ ਰਿਹਾ ਸੀ ਰਿਕਸ਼ੀ ਵਾਲੇ ਨੂੰ ਆਪਣੇ ਆਪ ਨੂੰ ਬਚਾਉਂਦਾ ਹੋਇਆ ਉਹ ਸਬਜ਼ੀਆਂ ਦੀ ਕਿਰੇੜੀ 'ਚ ਵੱਜਣ ਤੋਂ ਮੱਸਾ ਹੀ ਬਚਿਆ। ਉਹਨੇ ਮਹਿਸੂਸ ਕੀਤਾ ਕਿ ਉਹਦੀਆਂ ਸਲੇਟੀ ਰੰਗ ਦੀਆਂ ਉਹਨਾਂ ਦੀਆਂ ਜੁਰਾਬਾਂ 'ਚ ਉਹਦੇ ਪੈਰਾਂ ਨੂੰ ਪਸੀਨਾ ਆ ਰਿਹਾ ਹੈ। ਸਵੇਰ ਦੇ ਭਾਵੇਂ 10:00 ਵਜੇ ਸਨ ਫਿਰ ਵੀ ਬਾਜ਼ਾਰ 'ਚ ਚਹਿਲ-ਪਹਿਲ ਸੀ। ਮਿਠਾਨ ਸਵੀਟ ਸ਼ਾਪ ਦੇ ਸਾਹਮਣੇ ਹਲਵਾਈ ਨੇ ਆਪਣਾ ਸਮਾਨ ਟਿਕਾ ਲਿਆ ਸੀ ਤੇ ਲੋਹੇ ਦੀ ਵੱਡੀ ਕੜਾਈ 'ਚ ਗਰਮ ਹੋ ਰਹੇ ਤੇਲ ਵਿੱਚ ਜਲੇਬੀਆਂ ਤਲ ਰਿਹਾ ਸੀ। ਜਿਹੜੀਆਂ ਵਿੰਗਾ ਤੜਿੰਗਾ ਆਕਾਰ ਬਣਾਉਂਦੀਆਂ ਹੋਈਆਂ ਇਸ 'ਚ ਤੈਰ ਰਹੀਆਂ ਸਨ ਸਾਰੀਆਂ ਹੀ ਦੁਕਾਨਾਂ ਖੁੱਲ ਚੁੱਕੀਆਂ ਸਨ ਰਾਮਚੰਦ ਨੇ ਰਤਾ ਕੋ ਦੋਸ਼ੀ ਮਹਿਸੂਸ ਕਰਦੇ ਹੋਏ ਧਿਆਨ ਦਿੱਤਾ ਕਿ ਦੁਕਾਨਾਂ ਤੇ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਆਪੋ ਆਪਣੀਆਂ ਥਾਵਾਂ ਤੇ ਡਟੇ ਹੋਏ ਆਪਣੇ ਚਮਕੀਲੇ ਨਹਾਤੇ ਹੋਏ ਚਿਹਰਿਆਂ ਉੱਤੇ ਜੰਮੀਆਂ ਹੋਈਆਂ ਮੁਸਕਰਾਟਾਂ ਲੈ ਕੇ ਸਮਾਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ ਅੰਮ੍ਰਿਤ ਸਰਦੇਸ ਪੁਰਾਣੇ ਹਿੱਸੇ ਜਿਹੜਾ ਕਿਸੇ ਵੇਲੇ ਚਾਰੇ ਪਾਸਿਓਂ ਕੰਧਾਂ ਨਾਲ ਘਿਰਿਆ ਹੁੰਦਾ ਸੀ ਵਿੱਚ ਬਹੁਤ ਸਾਰੇ ਬਾਜ਼ਾਰ ਸਨ ਕਈ ਤਾਂ ਐਸੇ ਛੋਟੇ-ਛੋਟੇ ਬਾਜ਼ਾਰ ਜਿਨ੍ਹਾਂ ਬਾਰੇ ਸਿਰਫ ਸਥਾਨਕ ਲੋਕਾਂ ਨੂੰ ਹੀ ਪਤਾ ਸੀ ਐਸੇ ਛੋਟੇ-ਛੋਟੇ ਬਾਜ਼ਾਰ ਜਿਹੜੇ ਬਹੁਤ ਹੀ ਸਸਤੀਆਂ ਵੰਗਾਂ ਤੇ ਕੱਪੜਾ ਵੇਚਦੇ ਤੇ ਜਿਨ੍ਹਾਂ ਵਿੱਚ ਜਾਣ ਲਈ ਪੈਦਲ ਹੀ ਪੀੜੀਆਂ ਗਲੀਆਂ ਵਿੱਚੋਂ ਦੀ ਲੰਘਣਾ ਪੈਂਦਾ ਇਹਦੇ ਮੁਕਾਬਲੇ ਵੱਡੇ ਤੇ ਮੁੱਖ ਬਾਜ਼ਾਰਾਂ 'ਚ ਗਲੀਆਂ ਕਾਫੀ ਚੌੜੀਆਂ ਸਨ ਤੇ ਸੜਕਾਂ ਸਾਫ਼ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਹਰ ਰੋਜ਼ ਹੀ ਬਹੁਤ ਚਹਿਲ-ਪਹਿਲ ਹੁੰਦੀ ਸੀ ਤੇ ਸਾਰਾ ਸਾਲ ਹੀ ਲੈਣ-ਦੇਣ ਹੁੰਦਾ ਰਹਿੰਦਾ। ਕੀਮਤਾਂ ਲਈ ਜੋੜ-ਤੋੜ ਹੁੰਦੇ, ਦੁਕਾਨਾਂ ਸਵੇਰ ਵੇਲੇ ਖੁੱਲ੍ਹਦੀਆਂ ਤੇ ਸ਼ਾਮ ਨੂੰ ਬੰਦ ਕਰ ਦਿੱਤੀਆਂ ਜਾਂਦੀਆਂ। ਇੰਉਂ ਲੱਗਦਾ ਸੀ ਜਿਵੇਂ ਸੰਸਾਰ ਦੇ ਸ਼ੁਰੂ ਹੋਣ ਵੇਲੇ ਤੋਂ ਹੀ ਇਸੇ ਤਰ੍ਹਾਂ ਹੋ ਰਿਹਾ ਤੇ ਇਹਦੇ ਅੰਤ ਤੱਕ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ। ਕਿਤੇ ਵੀ ਕੋਈ ਖਾਲੀ ਥਾਂ ਨਹੀਂ। ਪੁਰਾਣੇ ਲਾਲ ਇੱਟਾਂ ਵਾਲੇ ਮਕਾਨ ਪੁਰਾਣੀਆਂ ਸਲੇਟੀ ਰੰਗ ਦੀਆਂ ਸਿਮਿੰਟ ਦੀਆਂ ਇਮਾਰਤਾਂ ਸਨ ਦੁਕਾਨਾਂ ਸਾਈਨ ਬੋਰਡ ਤੇ ਗਲੀਆਂ ਦੇ ਕੋਨੇਆਂ ਤੇ ਬਹੁਤ ਸਾਰੇ ਨਿੱਕੇ-ਨਿੱਕੇ ਮੰਦਰ ਸਨ ਲੋਕਾਂ ਨਾਲ ਭਰੀਆਂ ਪਈਆਂ ਗਲੀਆਂ ਤੋਂ ਇਲਾਵਾ ਗਾਈਆਂ ਆਵਾਰਾ ਕੁੱਤੇ ਤੇ ਫਲਾਂ ਤੇ ਸਬਜ਼ੀਆਂ ਦੀਆਂ ਰੇੜੀਆਂ ਵੀ ਅਟੀਆਂ ਪਈਆਂ ਸਨ ਕੋਈ ਦਰਵਾਜ਼ੇ ਨਹੀਂ ਸਨ ਲੱਗੇ ਹੋਏ ਤੇ ਗਲੀਆਂ 'ਚ ਬਣੀਆਂ ਹੋਈਆਂ ਪੌੜੀਆਂ ਸਿੱਧੀਆਂ ਹੀ ਮਕਾਨ 'ਚ ਦਾਖਲ ਹੋ ਜਾਂਦੀਆਂ ਟਹਿ ਰਹੀਆਂ ਇਮਾਰਤਾਂ ਇੱਕ ਦੂਜੇ 'ਚ ਇਸ ਤਰ੍ਹਾਂ ਫਸੀਆਂ ਹੋਈਆਂ ਸਨ ਜਿਵੇਂ ਗੱਤੇ ਦੇ ਡੱਬੇ ਗੂੰਦ ਨਾਲ ਇੱਕ ਦੂਜੇ ਨੂੰ ਚਿਪਕਾ ਦਿੱਤੇ ਹੋਣ। ਉਹਨਾਂ ਦੀਆਂ ਛੱਤਾਂ ਇੱਕ ਦੂਜੇ ਨਾਲ ਰਲੀਆਂ ਹੋਈਆਂ ਸਨ। ਕਿਸੇ ਮਕਾਨ ਦੀ ਵੀ ਕੋਈ ਬਾਹਰਲੀ ਕੰਧ ਨਹੀਂ ਸੀ ਤੇ ਇਹ ਨਹੀਂ ਸੀ ਦੱਸਿਆ ਜਾ ਸਕਦਾ ਕਿ ਕਿਹੜਾ ਘਰ ਕਿੱਥੇ ਖਤਮ ਹੁੰਦਾ ਹੈ, ਕਿਹੜਾ ਘਰ ਕਿੱਥੋਂ ਸ਼ੁਰੂ ਹੁੰਦਾ ਹੈ। ਕਦੇ-ਕਦੇ ਇਹਨਾਂ ਇਮਾਰਤਾਂ ਦੇ ਵਿੱਚ ਹੀ ਕੋਈ ਖਾਲੀ ਥਾਂ ਮਿਲ ਜਾਂਦਾ, ਜਿੱਥੇ ਇੱਕ ਤੰਗ ਜਿਹੀ ਗਲੀ ਉੱਚੀਆਂ-ਉੱਚੀਆਂ ਕੰਧਾਂ ਵਿੱਚੋਂ ਘਰ ਨਿਕਲ ਪੈਂਦੇ ਤੇ ਠੋਸ ਚੰਚਿਆਂ ਦੇ ਵਿੱਚ ਦੀ ਤੰਗ-ਤੰਗ ਜਾਂਦੀ ਹੋਈ ਅੰਦਰ ਵੱਲ ਨੂੰ ਲੰਘਦੀ ਤੇ ਕਿਸੇ ਅਗਲੇ ਸਿਰੇ ਤੇ ਜਾ ਕੇ ਇਸੇ ਤਰ੍ਹਾਂ ਦੀ ਕਿਸੇ ਹੋਰ ਤੰਗ ਗਲੀ ਨੂੰ ਜਾ ਮਿਲਦੀ ਪੁਰਾਣੇ ਸ਼ਹਿਰ ਦੀਆਂ ਗਲੀਆਂ ਤੇ ਤੰਗ ਬਾਜ਼ਾਰਾਂ ਤੇ ਸ਼ਾਰਟਕਟ ਰਸਤਿਆਂ ਦੀ ਗੁੰਝਲ ਨੂੰ ਸਮਝਣ ਲਈ ਕਈ ਸਾਲ ਲੱਗ ਸਕਦੇ ਹਨ ਇਸ ਸ਼ਹਿਰ ਚ ਪੈਸਾ ਭੀੜ-ਭੜੱਕਾ ਤੇ ਰੌਲਾ-ਰੱਪਾ ਰਲ ਕੇ ਇੱਕ ਪਾਗਲਾਂ ਵਰਗਾ ਨਿਰੰਤ ਨੱਚਦੇ ਪ੍ਰਤੀਤ ਹੁੰਦੇ ਸਨ ਤੇ ਹੋਰ ਕਾਸੇ ਲਈ ਕੋਈ ਥਾਂ ਹੀ ਨਹੀਂ ਛੱਡਦੇ ਇਸ ਸ਼ਹਿਰ ਦੇ ਦਿਵਾਲੇ ਜਿਹੜੀਆਂ ਕੰਧਾਂ ਕਿਸੇ ਵੇਲੇ ਕੀਤੀਆਂ ਗਈਆਂ ਸਨ ਉਹ ਲੰਬਾ ਸਮਾਂ ਪਹਿਲਾਂ ਟੈ ਗਈਆਂ ਸਨ ਫਿਰ ਵੀ ਇਹਨਾਂ ਕੰਧਾਂ ਦੀਆਂ ਰਹਿੰਦੀਆਂ ਖੁੰਦੀਆਂ ਨਿਸ਼ਾਨੀਆਂ ਹੀ ਪੁਰਾਣੇ ਸ਼ਹਿਰ ਨੂੰ ਇਹਨਾਂ ਕੰਧਾਂ ਤੋਂ ਬਾਹਰ ਫੈਲ ਗਏ ਨਵੇਂ ਸ਼ਹਿਰ ਤੋਂ ਅਲੱਗ ਕਰਦੀਆਂ ਸਨ ਜਿਸ ਦੁਕਾਨ 'ਚ ਰਾਮਚੰਦ ਕੰਮ ਕਰਦਾ ਸੀ ਉਹ ਇਸ ਸ਼ਹਿਰ ਦੀਆਂ ਸਭ ਤੋਂ ਪੁਰਾਣੀਆਂ ਦੁਕਾਨਾਂ ਵਿੱਚੋਂ ਸੀ ਤੇ ਤਲਵਾੜ ਫਰਨੀਸ਼ਿੰਗਸ ਐਂਡ ਡ੍ਰੈਪਰੀਜ਼ ਤੇ ਚੰਦੂ ਰਾਮਜ਼ ਫੈਬਰਿਕਸ ਦੇ ਵਿੱਚਕਾਰ ਫਸੀ ਹੋਈ ਸੀ ਇਹ ਸ਼ਹਿਰ ਦੇ ਅੰ ਵਿੱਚ ਕਾਰ ਲਈ ਇੱਕ ਬਾਜ਼ਾਰ ਚ ਸੀ ਫਿਰ ਵੀ ਇੱਥੇ ਕਾਰਾਂ ਚ ਆਉਣ ਵਾਲੇ ਗਾਹਕਾਂ ਦੀਆਂ ਕਾਰਾਂ ਖੜੀਆਂ ਕਰਨ ਲਈ ਥਾਂ ਰੱਖੀ ਗਈ ਸੀ ਇਸ ਬਾਜ਼ਾਰ ਚ ਦੁਕਾਨਾਂ ਵੱਡੀਆਂ ਵੀ ਸਨ ਪੁਰਾਣੀਆਂ ਵੀ ਤੇ ਇਹਨਾਂ ਦਾ ਨਾਂ ਵੀ ਕਾਫੀ ਚੰਗਾ ਸੀ ਇਹਨਾਂ ਦੇ ਪੁਰਾਣੇ ਬਾਕਾਇਦਾ ਪੱਕੇ ਗਾਹਕ ਸਨ ਤੇ ਸਾਰੇ ਦੇ ਸਾਰੇ ਦੁਕਾਨਦਾਰ ਪੁਰਾਣੇ ਕਾਰੋਬਾਰੀ ਪਰਿਵਾਰਾਂ ਦੇ ਸਤਕਾਰਯੋਗ ਮੈਂਬਰ ਮੰਨੇ ਜਾਂਦੇ ਸਨ ਦੁਕਾਨ ਦੇ ਮੁੱਖ ਦਰਵਾਜ਼ੇ ਦੇ ਬਾਹਰ ਪੁਰਾਣੀ ਕਿਸਮ ਦੀ ਲਿਖਤ ਵਿੱਚ ਲਾਲ ਰੰਗ ਦੇ ਅੱਖਰਾਂ ਚ ਵੱਡੇ ਵੱਡਾ ਹਰੇ ਰੰਗ ਦਾ ਬੋਰਡ ਲਿਖਿਆ ਹੋਇਆ ਸੀ ਸੇਵਕ ਸਾੜੀ ਹਾਊਸ ਇਹ ਬੋਰਡ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਚ ਲਿਖਿਆ ਹੋਇਆ ਸੀ ਤੇ ਹੁਣ ਕਾਫੀ ਧੁੰਦਲਾ ਹੋ ਗਿਆ ਸੀ ਇਹ ਬੋਰਡ ਸਾਰੀ ਗੱਲ ਸਹੀ ਤਰੀਕੇ ਨਾਲ ਨਹੀਂ ਸੀ ਦੱਸਦਾ ਦੁਕਾਨ ਤੇ ਸਿਰਫ ਸਾੜੀਆਂ ਹੀ ਨਹੀਂ ਸੀ ਵੇਚੀਆਂ ਜਾਂਦੀਆਂ ਹੇਠਲੀ ਮੰਜ਼ਲ ਤੇ ਮਰਦਾਂ ਲਈ ਕੱਪੜੇ ਵੇਚੇ ਜਾਂਦੇ ਸਨ ਇੱਥੇ ਭੂਰੇ ਨੀਲੇ ਤੇ ਕਾਲੇ ਰੰਗ ਦੇ ਕੱਪੜੇ ਸਨ ਪਰ ਮਰਦਾਂ ਦੇ ਸੂਟ ਤੇ ਕਮੀਜ਼ਾਂ ਖਰੀਦਣ ਲਈ ਸੇਵਕ ਸਾੜੀ ਹਾਊਸ ਵਿੱਚ ਬਹੁਤ ਘੱਟ ਲੋਕ ਆਉਂਦੇ ਸਨ ਲੱਗ ਗਈ ਦੋ ਗਲੀਆਂ ਦੀ ਦੂਰੀ ਤੇ ਰੇਮਨ ਦਾ ਸ਼ੋਰੂਮ ਸੀ ਜਿਸ 'ਚ ਮਰਦਾਂ ਲਈ ਕਿਤੇ ਜ਼ਿਆਦਾ ਚੋਣ ਕਰ ਸਕਣ ਵਾਲੇ ਕੱਪੜੇ ਮਿਲਦੇ ਸਨ ਇਸੇ ਕਾਰਨ ਹੀ ਦੁਕਾਨ ਦੀ ਹੇਠਲੀ ਮੰਜ਼ਲ ਤੇ ਧੂੜ ਵੀ ਦਿਖਾਈ ਦਿੰਦੀ ਸੀ ਤੇ ਵੈਸੇ ਵੀ ਪੁਰਾਣੀ ਜਿਹੀ ਲੱਗਦੀ ਸੀ ਦੁਕਾਨ ਦੀ ਪਹਿਲੀ ਮੰਜ਼ਲ ਤੇ ਸਾੜੀਆਂ ਵੇਚੀਆਂ ਜਾਂਦੀਆਂ ਸਨ ਇਸ ਦੁਕਾਨ ਦੀਆਂ ਸ਼ੈਲਫਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸਾੜੀਆਂ ਭਰੀਆਂ ਪਈਆਂ ਸਨ ਇਹਨਾਂ ਵਿੱਚ ਬੰਗਲਾਦੇਸ਼ੀ ਸੂਤੀ ਚਮਕੀਆਂ ਲੀਆਂ ਕਾਂਜੀਵਰਮ ਬਨਾਰਸੀ ਸਿਲਕ ਸ਼ਿਫੌਨ ਕريب ਤੇ ਸਟਨ ਦੀਆਂ ਸਾੜੀਆਂ ਸ਼ਾਮਲ ਸਨ ਪਹਿਲੀ ਮੰਜ਼ਲ ਵਿੱਚ ਹੀ ਰੰਗਾਂ ਤੇ ਰੇਸ਼ਮ ਦੀ ਉਹ ਨਸ਼ੀਲੀ ਤੇ ਅਮੀਰ ਜ਼ਿੰਦਗੀ ਧੜਕਦੀ ਸੀ ਜਿਹਦੇ ਖਿੱਚੇ ਹੋਏ ਗਾ ਕਿੱਥੇ ਆਉਂਦੇ ਸਨ ਇਹਨਾਂ ਦੇ ਨਾਲ ਮੁਨਾਫਾ ਵੀ ਆਉਂਦਾ ਸੀ ਪਹਿਲੀ ਮੰਜ਼ਲ ਦੀ ਭਾਰੀ ਸਫਲਤਾ ਕਾਰਨ ਹੀ ਸੇਵਕ ਸਾੜੀ ਹਾਊਸ ਕਈ ਦਹਾਕਿਆਂ ਤੋਂ ਅੰਮ੍ਰਿਤਸਰ ਦੀ ਸਭ ਤੋਂ ਵਧੀਆ ਸਾੜੀਆਂ ਦੀ ਦੁਕਾਨ ਹੈ ਮੰਨੀ ਜਾਂਦੀ ਸੀ ਖੇਟਲੀ ਮੰਜ਼ਲ ਤੇ ਪਏ ਹੋਏ ਸੂਟਾਂ ਤੇ ਕਮੀਜ਼ਾਂ ਦੇ ਟੁਕੜਿਆਂ ਦੇ ਮੁਕਾਬਲੇ ਉੱਪਰ ਉੱਪਰ ਵਾਲੀ ਚਮਕ-ਦਮਕ ਕਿਤੇ ਜ਼ਿਆਦਾ ਸੀ ਇਸ ਤੋਂ ਉੱਪਰ ਇੱਕ ਦੂਜੀ ਮੰਜ਼ਲ ਵੀ ਸੀ ਜਿਹਨੂੰ ਗਾਂਖ ਕਦੇ ਵੀ ਨਹੀਂ ਸੰਦੇਖ ਸਕਦੇ ਇਸ ਵਿੱਚ ਇੱਕ ਵੱਡਾ ਸਟੋਰ ਤੇ ਇੱਕ ਛੋਟਾ ਜਿਹਾ ਪਖਾਨਾ ਸੀ ਜਿਹੜਾ ਮਹਾਜਨ ਤੇ ਉਹਦੀ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਰਿੰਦੇ ਵਰਤਦੇ ਸਨ ਸਾੜੀਆਂ ਵੇਚਣ ਵਾਲੇ ਹਿੱਸੇ 'ਚ 6 ਰਿੰਦੇ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਰਾਮਚੰਦ ਵੀ ਇੱਕ ਸੀ ਰਾਮਚੰਦ ਦੁਕਾਨ ਦੇ ਬਾਹਰ ਜਕੋ ਤਕੀਚ ਖੜਾ ਸੀ ਦਸੰਬਰ ਦੀ ਠੰਡੀ ਸਵੇਰ ਦੇ ਬਾਵਜੂਦ ਉਹਦੀਆਂ ਤਲੀਆਂ ਮੁੜਕੇ ਨਾਲ ਨਮ ਸਨ ਤੇ ਉਹ ਮਹਾਜਨ ਵੱਲੋਂ ਦਿਖਾਏ ਜਾਣ ਵਾਲੇ ਗੁੱਸੇ ਬਾਰੇ ਸੋਚ ਰਿਹਾ ਸੀ ਰਾਮਚੰਦ ਨੇ ਅੰਦਰ ਝਾਕਿਆ ਮਹਾਜਨ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਮਚੰਦ ਹੇਠਲੀ ਮੰਜ਼ਲ ਤੋਂ ਦੌੜ ਕੇ ਲੰਘਿਆ ਤੇ ਮਹਾਜਨ ਨੇ ਉਸ ਵੱਲ ਨਾ ਪਸੰਦਗੀ ਨਾਲ ਦੇਖਿਆ ਪਹਿਲੀ ਮੰਜ਼ਲ ਤੱਕ ਜਾਣ ਵਾਲੀਆਂ ਪੌੜੀਆਂ ਦੇ ਪੈਰਾਂ ਵਿੱਚ ਗਣੇਸ਼ ਦੀ ਇੱਕ ਮੂਰਤੀ ਰੱਖੀ ਹੋਈ ਸੀ। ਰਾਮਚੰਦ ਅਕਸਰ ਹਰ ਰੋਜ਼ ਇਸ ਸਵੇਰ ਵੇਲੇ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਕੁਝ ਪਲਾਂ ਲਈ ਇਸ ਮੂਰਤੀ ਦੇ ਸਾਹਮਣੇ ਖੜਦਾ ਤੇ ਫਿਰ ਚੰਗੀ ਤਰ੍ਹਾਂ ਝੁੱਕ ਕੇ ਨਮਸਕਾਰ ਕਰਨ ਤੋਂ ਬਾਅਦ ਪੌੜੀਆਂ ਚੜ ਜਾਂਦਾ। ਪਰ ਅੱਜ ਤਾਂ ਉਹ ਇਹਨਾਂ ਹਿੱਲਦੀਆਂ ਲੱਕੜ ਦੀਆਂ ਪੌੜੀਆਂ ਤੋਂ ਦੀ ਸਿੱਧਾ ਹੀ ਉੱਪਰ ਜਾ ਚੜਿਆ। ਉਹਦਾ ਦਿਲ ਤੱਕ ਤੱਕ ਕਰ ਰਿਹਾ ਸੀ ਕਿਸੇ ਵੀ ਸਮੇਂ ਮਹਾਜਨ ਉਹਨੂੰ ਰੋਕ ਲਏਗਾ ਤੇ ਫਿਰ ਖੂਬ ਡਾਂਟੇਗਾ। ਪਰ ਉਹ ਠੀਕ-ਠਾਕ ਪਹਿਲੀ ਮੰਜ਼ਲ ਤੱਕ ਪਹੁੰਚ ਗਿਆ। ਸਾੜੀਆਂ ਵਾਲੇ ਕਮਰੇ ਦੇ ਬਾਹਰ ਬੜੇ ਵੱਡੇ ਸ਼ੀਸ਼ੇ ਦੇ ਦਰਵਾਜ਼ੇ ਦੇ ਸਾਹਮਣੇ ਰੱਖੀ ਗਈ ਥੋੜੀ ਜਿਹੀ ਖੁੱਲੀ ਥਾਂ ਤੇ ਖੜ ਕੇ ਹੀ ਉਹਨੇ ਸਾਲ ਲਿਆ। ਫਿਰ ਉਹਨੂੰ ਆਪਣੀਆਂ ਜੁੱਤੀਆਂ ਲਾਉਣ ਲਈ ਤਰद्दਦ ਕਰਨਾ ਪਿਆ। ਅਜਿਆਂ ਕਰਦੇ ਹੋਏ ਪਹਿਲਾਂ ਉਹਨੇ ਇੱਕ ਪੈਰ ਤੇ ਛਾਲਾ ਮਾਰਿਆ, ਫਿਰ ਦੂਜੇ ਪੈਰ ਤੇ ਤੇ ਨਾਲ ਦੀ ਨਾਲ ਜੁੱਤੀਆਂ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਉਹਦੇ ਟੱਪਣ ਨਾਲ ਲੱਕੜੀ ਦੀਆਂ ਪੌੜੀਆਂ ਤੇ ਥਪ-ਥਪ ਦੀ ਆਵਾਜ਼ ਆਉਂਦੀ ਰਹੀ। ਉਸ ਵੇਲੇ ਹੀਟਲੀ ਮੰਦਲ ਤੋਂ ਮਹਾਜਨ ਗਰਜਿਆ ਓਏ ਇਹਨੂੰ ਕਿ ਤੋੜਨ ਲੱਗਾ ਹੋਇਆ ਹੈ देर ਨਾਲ ਆਉਣਾ ਤੈਨੂੰ ਲੱਗਦਾ ਹੈ ਕਿ ਮੈਨੂੰ ਪਤਾ ਨਹੀਂ ਲੱਗਦਾ ਮੈਂ ਅੰਨਾ ਮੂਰਖ ਹੂੰ ਤੂੰ ਕੀ ਸੋਚਦਾ ਹੈ ਕਿ ਦੁਕਾਨ ਇਸ ਤਰ੍ਹਾਂ ਚੱਲ ਸਕਦੀ ਹੈ ਤੂੰ ਜਿਵੇਂ ਤੇਰੀ ਮਰਜ਼ੀ ਹੋ ਉਵੇਂ ਆਏਂਗਾ ਤੇ ਜਾਏਂਗਾ ਤੂੰ ਕੋਈ ਰਾਜਾ ਮਹਾਰਾਜ ਹੈ ਰਾਜਾ ਰਾਮਚੰਦ ਤੈਨੂੰ ਹਰ ਰੋਜ਼ ਲਿਆਉਣ ਲਈ ਬੱਗੀ ਭੇਜਿਆ ਕਰੀਏ ਰਾਮਚੰਦ ਤੁਰੰਤ ਰੁਕ ਗਿਆ ਤੇ ਉਹ ਦੇਖਣ ਲੱਗਾ ਚੁੱਪ ਛਾ ਗਈ ਫਿਰ ਉਹਨੇ ਬੜੀ ਚੌਕਸੀ ਨਾਲ ਆਪਣੀਆਂ ਜੁੱਤੀਆਂ ਲਾਈਆਂ ਤੇ ਮਾਨੀ ਮਨ ਅਰਦਾਸ ਕੀਤੀ ਕਿ ਉਹਦੇ ਪੈਰਾਂ ਵਿੱਚੋਂ ਬਦਬੂ ਨਾ ਆਵੇ। ਉਹਨੇ ਇਸ਼ਨਾਨ ਕੀਤਾ ਸੀ ਤੇ ਨਵੀਆਂ ਜੁਰਾਬਾਂ ਪਾਈਆਂ ਸਨ ਫੇਰ ਵੀ ਉਹ ਜਾਣਦਾ ਸੀ ਜਿਉਂ-ਜਿਉਂ ਦਿਨ ਲੰਘੇਗਾ ਇਹ ਬਦਬੂ ਵੱਧਦੀ ਜਾਏਗੀ। ਰਾਮਚੰਦ ਨੇ ਆਪਣਾ ਜੋੜਾ ਕੰਧ ਦੇ ਨਾਲ ਬਣੇ ਹੋਏ ਜੁੱਤੀਆਂ ਵਾਲੇ ਲੱਕੜ ਦੇ ਰੈਕ ਤੇ ਰੱਖਿਆ। ਇਹ ਰੈਕ ਦੁਕਾਨ ਦੇ ਕਰਿੰਦਿਆਂ ਲਈ ਹੀ ਬਣਾਇਆ ਹੋਇਆ ਸੀ। ਇੱਕ ਹੋਰ ਰੈਕ ਦੂਜੇ ਪਾਸੇ ਬਣਿਆ ਹੋਇਆ ਸੀ ਜਿਹੜਾ ਕਿ ਜਨਾਨਾ ਗਾਹਕਾਂ ਦੇ ਬਹੁਤ ਹੀ ਨਰਮ ਸੈਂਡਲਾਂ ਕੋਲਾਪੂਰੀ ਚੱਪਲਾਂ ਪਲੇਟਫਾਰਮ ਤੇ ਪੈਂਸਲ ਅੱਡੀਆਂ ਵਾਲੀਆਂ ਜੁੱਤੀਆਂ ਲਈ ਸੀ। ਰਾਮਚੰਦ ਨੇ ਆਪਣੇ ਵਾਲਾਂ ਤੇ ਹੱਥ ਫੇਰਿਆ। ਆਪਣੇ ਕੁੜਤੇ ਨੂੰ ਸਿੱਧਾ ਕੀਤਾ ਤੇ ਅੰਦਰ ਦਾਖਲ ਹੋ ਗਿਆ। ਉਹ ਆਪਣੇ ਮਿੱਥੇ ਹੋਏ ਥਾਂ ਤੇ ਚਲਾ ਗਿਆ ਤੇ ਚੌਂਕੜੀ ਮਾਰ ਕੇ ਬੈਠ ਗਿਆ। ਦੁਕਾਨ ਪੁਰਾਣੀ ਕਿਸਮ ਦੀ ਸੀ ਤੇ ਇਸ ਵਿੱਚ ਕਾਊਂਟਰ ਨਹੀਂ ਸੀ ਬਣੇ ਹੋਏ। ਸਾਰੇ ਫਰਸ਼ ਤੇ ਮੋਟੀਆਂ ਦਰੀਆਂ ਵਿਛਾ ਕੇ ਉਹਨਾਂ ਤੇ ਚਿੱਟੀਆਂ ਚਾਦਰਾਂ ਵਿਛਾਈਆਂ ਸਨ ਤੇ ਇਹਨਾਂ ਚਟਾਈਆਂ ਤੇ ਦੁਕਾਨ ਦੇ ਕਰਿੰਦੇ ਬੈਠਦੇ। ਉਹਨਾਂ ਦੇ ਸਾਹਮਣੇ ਗਾਹਕ ਬੈਠਦੇ ਤੇ ਇੱਕ ਰੰਦੇ ਕਈ-ਕਈ ਰੰਗਾਂ ਦੇ ਕੱਪੜਿਆਂ ਦੇ ਥਾਨਾਂ ਦੇ ਥਾਨ ਗਾਹਕਾਂ ਸਾਹਮਣੇ ਸੁੱਟੇ ਜਾਂਦੇ। "ਨਮਸਤੇ रामचंद्र ਭయ్యా, ਅੱਜ ਫੇਰ ਲੇਟ ਹੋ ਗਿਆ?" ਕੁਝ ਦੂਰ ਬੈਠੇ ਹਰੀ ਨੇ ਹੱਸਦੇ ਹੋਏ ਕਿਹਾ। ਸਾਰੇ ਰੰਦਿਆਂ ਵਿੱਚੋਂ ਹਰੀ ਸਭ ਤੋਂ ਛੋਟਾ ਸੀ। ਉਹ ਬੜਾ ਬੇਪਰਵਾਹ ਹਾਸਮੁਖ ਨੌਜਵਾਨ ਸੀ। ਜਿਹਦਾ ਚਿਹਰਾ ਕਾਫੀ ਪਰਵਾਨ ਸੀ ਤੇ ਜਿਹਨੂੰ ਮਹਾਜਨ ਅਕਸਰ ਹੀ ਡਾਂਟਦਾ ਰਹਿੰਦਾ ਸੀ। ਭਾਵੇਂ ਮਹਾਜਨ ਦੀ ਡਾਂਟ ਨਾਲ ਰਾਮਚੰਦ ਬਹੁਤ ਬੁਰਾ ਮਹਿਸੂਸ ਕਰਦਾ ਸੀ ਪਰ ਹਰੀ ਤੇ ਦਾ ਕੋਈ ਅਸਰ ਨਹੀਂ ਸੀ ਹੁੰਦਾ ਸਹੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਿਨਾਂ 'ਚ ਕੋਈ ਬਹੁਤੀ ਗੱਕ ਹੀ ਨਹੀਂ ਸੀ ਹੁੰਦੀ ਉਹਨਾਂ ਦਿਨਾਂ 'ਚ ਤਾਂ ਇਸ ਡਾਂਟ ਨਾਲ ਉਹ ਖੁਸ਼ ਵੀ ਹੋ ਜਾਂਦਾ ਜਦੋਂ ਮਹਾਜਨ ਉਹਨੂੰ ਇਹ ਦੱਸਣ ਲਈ ਕਿ ਉਹ ਉਸ ਬਾਰੇ ਕੀ ਸੋਚਦਾ ਹੈ ਕਾਫੀ ਸਾਰਾ ਸਮਾਂ ਤੇ ਤਾਕਤ ਲਾਹ ਹਟਦਾ ਤਾਂ ਹਰੀ ਖੁੱਲ ਕੇ ਮੁਸਕਰਾਉਂਦੇ ਹੋਏ ਕਹਿੰਦਾ ਇੱਕ ਕੰਨ 'ਚ ਪਾਓ ਦੂਜੇ 'ਚ ਕਢ ਦਿਓ ਕਿਉਂਕਿ ਹਰੀ ਸਭ ਤੋਂ ਜੂਨੀਅਰ ਸੀ ਉਹਨੂੰ ਤਜਰਬਾ ਵੀ ਨਹੀਂ ਸੀ ਤੇ ਉਹ ਕੱਪੜੇ ਦੇ ਭੇਦ ਜਾਣਨਾ ਵੀ ਨਹੀਂ ਸੀ ਚਾਹੁੰਦਾ ਇਸ ਲਈ ਉਹਨੂੰ ਪਰਾਗ ਡੇਲੀ ਵੇਅਰ ਸਾਰੀਆਂ ਦਾ ਕੰਮ ਸੌਂਪਿਆ ਗਿਆ ਸੀ ਤੇ ਕਦੇ-ਕਦੇ ਉਹਨੂੰ ਪਰਾਗ ਫੈਂਸੀ ਸਾਰੀਆਂ ਤੇ ਵੀ ਲਾ ਦਿੱਤਾ ਜਾਂਦਾ ਸੀ ਇਹਨਾਂ ਸਾਰੀਆਂ ਨੂੰ ਵੇਚਣ ਲਈ ਨਾ ਤਾਂ ਬਹੁਤੇ ਹੁਨਰ ਦੀ ਲੋੜ ਹੁੰਦੀ ਸੀ ਨਾ ਹੀ ਕੱਪੜੇ ਬਾਰੇ ਵਿਸ਼ੇਸ਼ ਕਿਸਮ ਦੇ ਗਿਆਨ ਦੀ ਲੰਮੇ ਸਮੇਂ ਤੱਕ ਹਰੀ ਨੂੰ ਕੋਈ ਹੋਰ ਕੰਮ ਨਹੀਂ ਸੀ ਦਿੱਤਾ ਗਿਆ ਪਰ ਉਹ ਇਹਦੀ ਪਰਵਾਹ ਵੀ ਨਹੀਂ ਸੀ ਕਰਦਾ ਰਾਮਚੰਦ ਵੀ ਜਵਾਬ ਵਿੱਚ ਮੁਸਕਰਾਇਆ ਕੀ ਕਰੀਏ ਯਾਰ ਭਾਵੇਂ ਦਰਵਾਜ਼ਾ ਬੰਦ ਸੀ ਪਰ ਉਹਦੇ ਚੀਕਣ ਦੀ ਆਵਾਜ਼ ਸਾਨੂੰ ਤਾਂ ਵੀ ਸੁਣ ਰਹੀ ਸੀ ਹਰੀ ਨੇ ਮੁਸਕਰਾਉਂਦੇ ਹੋਏ ਮੁੜ ਗਿਆ ਕੀ ਕਰੀਏ ਯਾਰ ਰਾਮਚੰਦ ਨੇ ਫੇਰ ਕਿਹਾ ਪਰ ਇਸ ਵਾਰੀ ਵਧੇਰੇ ਉਦਾਸੀ ਭਰੇ ਲਹਿਜੇ 'ਚ ਹਰੀ ਨੇ ਉਹਨੂੰ ਠਾਰਸ ਦਿੰਦੇ ਕਿਾ ਚਿੰਤਾ ਨਾ ਕਰ ਤੂੰ ਸਾਡੇ ਮਹਾਜਨ ਲਈ ਚੰਗਾ ਹੀ ਕੀਤਾ ਕੁਝ ਲੋਕ ਐਸੇ ਹਨ ਜਿਨ੍ਹਾਂ ਨੂੰ ਓਨੀ ਦੇਰ ਤੱਕ ਰੋਟੀ ਨਹੀਂ ਪਚਦੀ ਜਿੰਨੀ ਦੇਰ ਸਵੇਰੇ ਸਵੇਰੇ ਕਿਸੇ ਨੂੰ ਡਾਂਟ ਨਾ ਲੈਣ ਉਹਨ ਰਾਖਸ਼ ਮਹਾਜਨ ਦਾ ਹਾਜ਼ਮਾ ਬੜਾ ਠੀਕ ਹੋ ਜਾਏਗਾ। ਹਰੀ ਆਪਣੀ ਲੱਥੀ 'ਤੇ ਤੇ ਹੱਸ ਪਿਆ ਤੇ ਰਾਮਚੰਦ ਵੱਲ ਨੂੰ ਅੱਖ ਮਾਰਦੇ ਹੋਏ ਕਹਿਣ ਲੱਗਾ ਸਾਡਾ ਮਹਾਜਨ ਇਸੇ ਤਰ੍ਹਾਂ ਦਾ ਹੀ ਬੰਦਾ ਹੈ। ਫਿਰ ਉਹਨੇ ਨਾਟਕੀ ਢੰਗ ਨਾਲ ਹੋਕਾ ਪਰਿਆ। ਗੋਕਲ ਚੁੱਪਚੀਪ ਚੁਪੀਤਾ ਬੈਠਾ ਸੀ ਤੇ ਸਾਰੀਆਂ ਨੂੰ ਚੰਗੀ ਤਰ੍ਹਾਂ ਤੈਅ ਕਰਕੇ ਇੱਕ ਦੂਜੀ ਦੇ ਉੱਤੇ ਰੱਖ ਰਿਹਾ ਸੀ। ਉਹਨੂੰ ਬਹੁਤ ਹੀ ਮਹਿੰਗੀਆਂ ਗਰੇਪ ਸਾਰੀਆਂ ਦਾ ਕੰਮ ਦਿੱਤਾ ਗਿਆ ਸੀ ਤੇ ਵਿਆਹ ਦੇ ਮੌਸਮ ਵਿੱਚ ਉਹ ਤੰਕੀਲੇ ਲਹੰਗਿਆਂ ਤੇ ਵਿਆਹ ਦੀਆਂ ਸਾੜੀਆਂ ਵੇਚਣ ਵਿੱਚ ਵੀ ਮਦਦ ਕਰਦਾ ਸੀ। ਉਹ ਚਾਲੀਆਂ ਕੋ ਸਾਲਾਂ ਦਾ ਗੰਭੀਰ ਦਿਖਾਈ ਦੇਣ ਵਾਲਾ ਬੰਦਾ ਸੀ ਜਿਹੜਾ ਆਪਣੇ ਕੰਮ ਨੂੰ ਬੜੀ ਗੰਭੀਰਤਾ ਨਾਲ ਕਰਦਾ ਸੀ। ਮਹਾਜਨ ਉਹਦੇ ਤਜਰਬੇ ਤੇ ਉਹਦੀ ਸੁਹਿਰਦਤਾ ਦਾ ਬਹੁਤ ਕਾਇਲ ਸੀ। ਫਿਰ ਵੀ ਗੋਕਲ ਨੂੰ ਅਕਸਰ ਹੀ ਮਹਾਜਨ ਦੀ ਡਾਂਟ ਸਹਣੀ ਪਈ ਜਾਂਦੀ। ਕਰੀਬ 10 ਸਾਲ ਪਹਿਲਾਂ ਸੇਵਕ ਸਾੜੀ ਹਾਊਸ ਨੇ ਚੁੰਨੀਆਂ ਵੇਚਣ ਦਾ ਵੀ ਫੈਸਲਾ ਕੀਤਾ ਸੀ ਜਿਸ ਦਾ ਇਦਾ ਕਾਰਨ ਸੀ ਕਿ ਸਿੱਖ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਸਰਦਾਰਨੀਆਂ ਜਿਨ੍ਹਾਂ ਚ ਵਡੇਰੀਆਂ ਵੀ ਸਨ ਤੇ ਜਵਾਨ ਔਰਤਾਂ ਵੀ ਸਾੜੀਆਂ ਖਰੀਦਣ ਆਉਂਦੀਆਂ ਅਕਸਰ ਹੀ ਪੁੱਛਦੀਆਂ ਕਿ ਕੀ ਉਹਨਾਂ ਕੋਲ ਚੁੰਨੀਆਂ ਵੀ ਹਨ ਉਹਨਾਂ ਲਈ ਸਾੜੀਆਂ ਜ਼ਰੂਰੀ ਸਨ ਕਿਉਂਕਿ ਉਹਨਾਂ ਦਾ ਫੈਸ਼ਨ ਸੀ ਪਰ ਉਹਨਾਂ ਦੇ ਅਸਲੀ ਕੱਪੜੇ ਸਲਵਾਰ ਕਮੀਜ਼ੀ ਸਨ ਇਸ ਲਈ ਜਦੋਂ ਬਹੁਤ ਸਾਰੀਆਂ ਔਰਤਾਂ ਨੇ ਚੁੰਨੀਆਂ ਬਾਰੇ ਪੁੱਛਣਾ ਜਾਰੀ ਰੱਖਿਆ ਕਹਿਣ ਲੱਗੀਆਂ ਕਿ ਸੇਵਕ ਸਾੜੀ ਹਾਊਸ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਅੱਜਕੱਲ੍ਹ ਚੰਗੀਆਂ ਚੁੰਨੀਆਂ ਮਿਲੀਆਂ ਬਹੁਤ ਮੁਸ਼ਕਲ ਹਨ ਤਾਂ ਭੀਮ ਸੈਨ ਤੇ ਮਹਾਜਨ ਸਿਰ ਜੋੜ ਕੇ ਬੈਠੇ ਤੇ ਚੁੰਨੀਆਂ ਵੇਚਣ ਦਾ ਵੀ ਫੈਸਲਾ ਕਰ ਲਿਆ ਗੋਕুল ਨੇ ਚੁੰਨੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੀ ਉੱਚੇ-ਚੇ ਯਤਨ ਕੀਤੇ ਸੇਵਕ ਸਾੜੀ ਹਾਊਸ ਤੋਂ ਸਧਾਰਨ ਕਿਸਮ ਦੀਆਂ ਚੁੰਨੀਆਂ ਨਹੀਂ ਸਨ ਹੁੰਦੀਆਂ ਉਹ ਸਾੜੀਆਂ ਵੇਚਦੇ ਸਨ ਇਸ ਲਈ ਜੇ ਉੱਥੇ ਕੋਈ ਚੁੰਡੀਆਂ ਵੀ ਰੱਖੀਆਂ ਜਾਣੀਆਂ ਸਨ ਤਾਂ ਇਹ ਬਹੁਤ ਖਾਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਸਨ ਇਹ ਸਭ 2.5 ਮੀਟਰ ਲੰਬੀਆਂ ਸਨ ਇਨਾਂ ਦੀ ਚੌੜਾਈ ਵੀ ਠੀਕ ਸੀ ਚੰਗੇ ਕੱਪੜੇ ਪਾਉਣ ਵਾਲੀ ਕੋਈ ਵੀ ਸਰਦਾਰਨੀ ਨਾ ਤਾਂ ਘੱਟ ਲੰਬੀ ਤੇ ਨਾ ਹੀ ਘੱਟ ਚੌੜੀ ਚੁੰਨੀ ਪਸੰਦ ਕਰਦੀ ਸੀ ਉਹ ਸੋਚਦੀਆਂ ਸਨ ਕਿ ਇਸ ਕਿਸਮ ਦੀਆਂ ਚੁੰਨੀਆਂ ਦਾ ਸਿਰਫ Hindu ਔਰਤਾਂ ਲਈ ਹਨ ਜਾਂ ਫਿਰ ਜਵਾਨ ਕੁੜੀਆਂ ਲਈ ਲੰਬਾਈ ਦੇ ਇਲਾਵਾ ਕੁਆਲਿਟੀ ਦਾ ਵੀ ਧਿਆਨ ਰੱਖਿਆ ਜਾਂਦਾ ਸੀ ਇੱਥੇ ਸ਼ੁੱਧ ਸ਼ਿਫੌਨ ਦੀਆਂ ਚੁੰਨੀਆਂ ਸਨ ਖੂਬਸੂਰਤ ਚਟੇ ਸਿਲਕ ਦੀਆਂ ਚੁੰਨੀਆਂ ਸਨ ਜਿਨ੍ਹਾਂ ਨੂੰ ਸਲਵਾਰ ਕਮੀਜ਼ ਦੇ ਰੰਗ ਮੁਤਾਬਕ ਰੰਗਿਆ ਜਾ ਸਕਦਾ ਸੀ ਸੋਨੇ ਦੀ ਕਿਨਾਰੀ ਵਾਲੀਆਂ ਲਾਲ, ਗੁਲਾਬੀ ਤੇ ਮੈਰੂਨ ਰੰਗ ਦੀਆਂ ਦੁਲਹਣਾਵਾਲੀਆਂ ਓਢਣੀਆਂ ਸਨ। ਚਿੱਟੇ ਰੰਗ ਦੀਆਂ ਐਸੀਆਂ ਚੁੰਨੀਆਂ ਸਨ ਜਿਨ੍ਹਾਂ ਦੇ ਕਿਨਾਰਿਆਂ ਤੇ ਹਲਕੇ-ਹਲਕੇ ਉਸੇ ਰੰਗ ਦੇ ਧਾਗੇ ਨਾਲ ਕਢਾਈ ਕੀਤੀ ਹੁੰਦੀ ਸੀ। ਜਿਹੜੀਆਂ ਕਿ ਚੰਗੇ ਪਰਿਵਾਰਾਂ ਦੀਆਂ ਵਿਧਵਾਵਾਂ ਲਈ ਹੁੰਦੀਆਂ ਸਨ। ਇਸ ਤੋਂ ਬਿਨਾਂ ਰਵਾਇਤੀ ਫੁਲਕਾਰੀ ਦੀ ਕਢਾਈ ਵਾਲੀਆਂ ਰੰਗ-ਬਰੰਗੀਆਂ ਚੁੰਨੀਆਂ ਸਨ। ਜਿਹੜੀਆਂ ਆਮ ਤੌਰ ਤੇ ਸਿੱਖ ਔਰਤਾਂ ਆਪੂ ਆਪਣੀਆਂ ਧੀਆਂ ਦੇ ਵਿਆਹ ਲਈ ਖਰੀਦਦੀਆਂ ਸਨ ਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਵੀ। ਗੋਕੁਲ ਚੁੰਨੀ ਲੈਣ ਵਾਲੇ ਸਾਰੇ ਗਾਖਾਂ ਦਾ ਧਿਆਨ ਰੱਖਦਾ ਸੀ ਇਹਦੇ باوجود ਗੋਕੁਲ ਹੰਕਾਰ ਨਹੀਂ ਸੀ ਕਰਦਾ ਉਹ ਮਹਾਜਨ ਤੋਂ ਡਰਦਾ ਸੀ ਤੇ ਸਦਾ ਹੀ ਹਰੀ ਨੂੰ ਚੌਕਸ ਕਰਦਾ ਰਹਿੰਦਾ ਸੀ ਕਿ ਮਹਾਜਨ ਦੀਆਂ ਨਜ਼ਰਾਂ ਚ ਬੁਰਾ ਨਾਮ ਨਾ ਬਣੇ ਗੋਕੁਲ ਨੇ ਹਰੀ ਵੱਲ ਦੇਖਿਆ ਤੇ ਕਿਹਾ ਹਰੀ ਚੁੱਪ ਕਰ ਜਾ ਮਹਾਜਨ ਨੂੰ ਇੰਨੀ ਉੱਚੀ ਆਵਾਜ਼ 'ਚ ਰਾਖਸ਼ ਕਹਿ ਰਿਹਾ ਤੂੰ ਬਹੁਤ ਬੋਲਦਾ ਹੈ ਕਿਸੇ ਦਿਨ ਉਹਨਾਂ ਤੇਰੀ ਗੱਲ ਸੁਣ ਲੈਣੀਆਂ ਤੇ ਤੈਨੂੰ ਇੱਥੋਂ ਬਾਹਰ ਕੱਢ ਦੇਣਗੇ ਤੇਰੀ ਜ਼ੁਬਾਨ ਬਹੁਤ ਲੰਬੀ ਹੈ ਮੁੰਡਿਆ ਇਸ ਜ਼ੁਬਾਨ ਨਾਲ ਤੂੰ ਰੋਟੀ ਨਹੀਂ ਕਮਾ ਸਕੇਂਗਾ ਪਰ ਜਦੋਂ ਗੋਕਲ ਨੇ ਇਹ ਗੱਲ ਕਹੀ ਉਦੋਂ ਮੁਸਕਰਾ ਰਿਹਾ ਸੀ ਉਹਦਾ ਚਿਹਰਾ ਬਹੁਤ ਛੋਟਾ ਜਿਹਾ ਤੇ ਨਿਮਰ ਸੀ ਤੇ ਉਹਦਾ ਸਿਰ ਕਿਸੇ ਗੁੰਬਦ ਵਰਗਾ ਸੀ ਜਿਸ ਤੇ ਥੋੜੇ ਜੇ ਵਾਲ ਦਿਖਾਈ ਦਿੰਦੇ ਸਨ ਰਾਮਚੰਦ ਉਸ ਵੱਲ ਵੀ ਦੇਖ ਕੇ ਮੁਸਕਰਾਇਆ ਚੰਦਰ ਨੇੜੇ ਕਲਮਾਰੀ ਦਾ ਤਾਲਾ ਖੋਲ ਰਿਹਾ ਸੀ ਦੁਕਾਨ ਦੀਆਂ ਸਾਰੀਆਂ ਕੰਧਾਂ ਤੇ ਯਾਦਾ ਸ਼ੈਲਫਾਂ ਬਣੀਆਂ ਸਨ ਤੇ ਜਾਂ ਫਿਰ ਐਸੀਆਂ ਮਜ਼ਬੂਤ ਅਲਮਾਰੀਆਂ ਜਿਨ੍ਹਾਂ 'ਚ ਬਧੇਰੇ ਕੀਮਤੀ ਯਾ ਨਾਜ਼ੁਕ ਸਮਾਨ ਰੱਖ ਕੇ ਤਾਲਾ ਲਗਾਇਆ ਜਾ ਸਕਦਾ ਸੀ ਜਦੋਂ ਤਿੰਨੇ ਗੱਲਾਂ ਕਰ ਰਹੇ ਸਨ ਤਾਂ ਚੰਦਰ ਨੇ ਇੱਕ ਵਾਰੀ ਵੀ ਨਜ਼ਰ ਚੁੱਕ ਕੇ ਨਹੀਂ ਸੀ ਦੇਖਿਆ ਉਹ ਬੜਾ ਚੁੱਪ ਰਹਿੰਦਾ ਉਹਦਾ ਕੱਦ ਲੰਮਾ ਤੇ ਮੱਥਾ ਕਾਫੀ ਚੌੜਾ ਸੀ ਉਹ ਅਕਸਰ ਹੀ ਕੰਮ ਤੋਂ ਗੈਰਹਾਜ਼ਰ ਰਹਿੰਦਾ ਤੇ ਜਦੋਂ ਵੀ ਕਦੇ ਮਹਾਜਨ ਉਸਤੇ ਕਿਸੇ ਨਾ ਕਿਸੇ ਗੱਲ ਬਦਲੇ ਚੀਕਦਾ ਤਾਂ ਉਹ ਉਦਾਸੀ ਭਰੀ ਚੁੱਪ ਬਰਕਰਾਰ ਰੱਖਦਾ ਸੀ ਉਹ ਚੁੱਪਚਾਪ ਬੈਠਾ ਮਹਾਜਨ ਦੀਆਂ ਗਾਣਾਂ ਸੁਣਦਾ ਰਹਿੰਦਾ ਹਵਾ 'ਚ ਦੇਖਦਾ ਰਹਿੰਦਾ ਆਪਣਾ ਹੇਠਲਾ ਬੁੱਲ ਟੁੱਕਦਾ ਰਹਿੰਦਾ ਤੇ ਮਹਾਜਨ ਵੱਲੋਂ ਗੁੱਸੇ ਨਾਲ ਪੁੱਛੇ ਗਏ ਸਵਾਲਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਾ ਦਿੰਦਾ ਉਮਰ ਵਿੱਚ ਸਭ ਤੋਂ ਵੱਡੇ ਕਰਿੰਦੇ ਸ਼ਾਮ ਤੇ ਰਾਜੇਸ਼ ਸੇਵਕ ਸਾੜੀ ਹਾਊਸ ਵਿੱਚ ਬਾਕੀ ਸਭ ਨਾਲੋਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਨ ਸ਼ਾਮ ਦੇ ਵਾਲ ਚਿੱਟੇ ਹੋ ਰਹੇ ਸਨ ਉਹਦਾ ਚਿਹਰਾ ਪਤਲਾ ਸੀ ਉਹਦੇ ਮੂਰਲੇ ਦੋ ਦੰਦਾਂ ਵਿੱਚ ਵਾਲੇ ਵੱਡੀ ਵਿਰਲ ਸੀ ਰਾਜੇਸ਼ ਮੋਟਾ ਸੀ ਤੇ ਉਹਦੀਆਂ ਅੱਖਾਂ ਰਤਾ ਕੋ ਤਿੱਖੀਆਂ ਸਨ ਦੋਵੇਂ ਆਪੋ ਵਿੱਚ ਹੀ ਮਸਤ ਰਹਿੰਦੇ ਤੇ ਅਕਸਰ ਹੀ ਧੀਮੀ ਵਾਸ ਤੋਂ ਵੱਧੀਆਂ ਕੀਮਤਾਂ ਬਾਰੇ ਮਕਾਨਾਂ ਲਈ ਕਰਜ਼ਿਆਂ ਦੇ ਵੱਧ ਵਿਆਜ ਵਿਆਜ ਦੀ ਦਰ ਬਾਰੇ ਗੱਲਾਂ ਕਰਦੇ ਰਹਿੰਦੇ ਜਾਂ ਫਿਰ ਇਹ ਵਿਚਾਰ ਕਰਦੇ ਰਹਿੰਦੇ ਕਿ ਘਰ ਲਈ ਬਿਜਲੀ ਦਾ ਸਮਾਨ ਕਿੱਥੋਂ ਖਰੀਦਣਾ ਸਸਤਾ ਰਹੇਗਾ ਉਹਨਾਂ ਨੂੰ ਬਾਕੀ ਦੇ ਕਰਿੰਦਿਆਂ ਨਾਲੋਂ ਵੱਧ ਤਨਖਾਹ ਮਿਲਦੀ ਸੀ ਇਸ ਗੱਲ ਦਾ ਸਭ ਨੂੰ ਪਤਾ ਸੀ ਪਰ ਕੋਈ ਵੀ ਇਹਦਾ ਜ਼ਿਕਰ ਨਹੀਂ ਸੀ ਕਰਦਾ ਤੇ ਦੋਵੇਂ ਜਣੇ ਵੀ ਇਹ ਗੱਲ ਖੁੱਲ੍ਹ ਕੇ ਮੰਨਣ ਨੂੰ ਤਿਆਰ ਨਹੀਂ ਸਨ ਹੁੰਦੇ ਸ਼ਾਮ ਦੀ ਇੱਕ ਮੁਟਿਆਰਤੀ ਸੀ ਉਹ ਨੂੰ ਆਸ ਸੀ ਕਿ ਉਹਦੀ ਸ਼ਾਦੀ ਰਾਜੇਸ਼ ਦੇ ਪੁੱਤਰ ਨਾਲ ਕਰ ਸਕੇਗਾ ਉਹ ਦੋਵੇਂ ਜਣੇ ਆਪੋ ਆਪਣੇ ਮਿੱਥੇ ਹੋਏ ਦਰਮਿਆਨੀ ਉਮਰ ਦੇ ਸੰਸਾਰ 'ਚ ਰਹ ਰਹੇ ਸਨ ਇਕੱਠੇ ਚਾਹ ਪੀਣ ਤੇ ਖਾਣਾ ਖਾਣ ਜਾਂਦੇ ਸਨ ਤੇ ਬਾਕੀ ਦੇ ਕਰਿੰਦਿਆਂ ਨੂੰ ਮੁੰਡਿਓ ਕਹਿ ਕੇ ਬੁਲਾਉਂਦੇ ਸਨ ਗੋਕਲ ਨੂੰ ਵੀ ਉਹ ਉਸੇ ਤਰ੍ਹਾਂ ਹੀ ਬੁਲਾਉਂਦੇ ਸਨ ਹਾਲਾਂਕਿ ਉਹ ਇਹਨਾਂ ਤੋਂ ਥੋੜੇ ਜੇ ਸਾਲ ਹੀ ਛੋਟਾ ਸੀ ਰਾਮਚੰਦ ਨੇ ਸਵੇਰ ਦਾ ਸਾਮਾਨ ਨਵਾਂ ਮਾਲ ਸ਼ੈਲਫਾਂ 'ਚ ਲਾਉਂਦਿਆਂ ਬਤਾਇਆ ਦੁਕਾਨ ਦਾ ਮਾਲਕ ਭੀਮ ਸੈਨ ਸੇਟ ਕਰੀਬ 11 ਵਜੇ ਆਇਆ ਇਹ ਦੁਕਾਨ ਉਹਦੇ ਦਾਦੇ ਸੇਵਕ ਰਾਮ ਨੇ ਸ਼ੁਰੂ ਕੀਤੀ ਸੀ ਭੀਮ ਸੈਨ ਨੇ 20 ਸਾਲ ਦੀ ਉਮਰ 'ਚ ਨੂੰ ਸੰਭਾਲਿਆ ਸੀ ਉਦੋਂ ਹੀ ਮਹਾਜਨ ਕੰਮ ਲੱਭਣ ਲਈ ਉਸ ਕੋਲ ਆਇਆ ਸੀ ਭੀਮ ਸੈਨ ਨੇ ਉਹਨੂੰ ਰੱਖ ਲਿਆ ਸੀ ਤੇ ਮਹਾਜਨ ਸਖਤ ਮਿਹਨਤ ਕਰਦੇ ਹੋਏ ਤਰੱਕੀ ਕਰਦਾ ਗਿਆ ਸੀ ਕਰੀਬ 30 ਸਾਲਾਂ ਤੋਂ ਵੱਧ ਸਮੇਂ ਦੌਰਾਨ ਉਹਨੇ ਆਪਣੇ ਆਪ ਨੂੰ ਇਮਾਨਦਾਰ, ਪ੍ਰਸਯੋਗ, ਜ਼ੁਗਤੀ ਤੇ ਸਖਤੀ ਨਾਲ ਕੰਮ ਕਰਨ ਵਾਲਾ ਸਾਬਤ ਕਰ ਦਿੱਤਾ ਸੀ ਮੁੰਦਕਾਨ ਦਾ ਰੋਜ਼ਾਨਾ ਦਾ ਕੰਮਕਾਜ ਮਹਾਜਨੀ ਦੇਖਦਾ ਸੀ ਹਾਲਾਂਕਿ ਪੂਰੀ ਨਿਗਰਾਨੀ ਭੀਮ ਸੈਨ ਦੀ ਹੁੰਦੀ ਸੀ ਹੁਣ ਬਹੁਤਾ ਸਮਾਂ ਭੀਮ ਸੈਨ ਸੇਠ ਨੂੰ ਹਰ ਰੋਜ਼ ਦੁਕਾਨ ਤੇ ਆਉਣ ਦੀ ਵੀ ਲੋੜ ਨਹੀਂ ਸੀ ਪੈਂਦੀ ਉਹਨੇ ਕੋਈ ਹੋਰ ਕਾਰੋਬਾਰ ਵੀ ਸ਼ੁਰੂ ਕੀਤਾ ਸੀ ਰਾਮਚੰਦ ਨੂੰ ਪਤਾ ਨਹੀਂ ਸੀ ਕਿ ਸੇਠ ਉਹਦਾ ਗੋਤਸੀ ਜਾਂ ਕਿ ਸਿਰਫ ਉਹਨੂੰ ਸਤਕਾਰ ਨਾਲ ਬੁਲਾਉਣ ਦਾ ਢੰਗ ਉਹਨੇ ਇੱਕ ਵਾਰ ਗੋਕਲ ਤੋਂ ਵੀ ਪੁੱਛਿਆ ਸੀ ਪਰ ਗੋਕਲ ਨੂੰ ਵੀ ਇਹਦਾ ਪਤਾ ਨਹੀਂ ਸੀ ਰਾਮਚੰਦ ਨੇ ਕਿਸੇ ਹੋਰ ਨੂੰ ਪੁੱਛਣ ਦੀ ਹਿੰਮਤ ਹੀ ਨਹੀਂ ਸੀ ਕੀਤੀ ਜਦੋਂ ਕਦੇ ਭੀਮ ਸੈਨ ਸੇਠ ਦੁਕਾਨ ਤੇ ਆਉਂਦਾ ਤਾਂ ਪਹਿਲੀ ਮੰਜ਼ਲ ਦੇ ਕੋਨੇ 'ਚ ਤੱਕੀਏ ਦਾ ਆਸਰਾ ਲੈ ਕੇ ਬੈਠ ਜਾਂਦਾ ਇਹਦੇ ਆਲੇ ਦੁਆਲੇ ਬਹੁਤ ਸਾਰੇ Hindu ਦੇਵਤਿਆਂ ਦੀਆਂ ਪੜਕੀਲੀਆਂ ਤਸਵੀਰਾਂ ਸਨ ਜਿਨ੍ਹਾਂ ਮੂਰੇ ਧੂਫ ਧੁਖਾਈ ਗਈ ਹੁੰਦੀ ਸੀ ਉੱਥੇ ਬੈਠ ਕੇ ਬੜੇ ਲਾਲਚੀ ਢੰਗ ਨਾਲ ਆਪਣੀਆਂ ਮੋਟੀਆਂ ਉਂਗਲਾਂ ਨਾਲ 100-100 ਰੁਪਏ ਦੇ ਨੋਟ ਗਿਣਦਾ ਰਹਿੰਦਾ ਰਾਮਚੰਦ ਕਦੇ-ਕਦੇ ਉਹਨੂੰ ਆਪਣੀਆਂ ਨਜ਼ਰਾਂ ਦੇ ਕੋਨਿਆਂ ਵਿੱਚੋਂ ਦੀ ਦੇਖਦਾ भीमसेन ਬੜੀ ਦਿਲਚਸਪੀ ਨਾਲ ਨੋਟਾਂ ਨੂੰ ਕੋਨਿਆਂ ਤੋਂ ਫੜ ਕੇ ਗਿਣਦਾ ਰਹਿੰਦਾ ਤੇ ਜੇ ਕਦੇ ਉੱਪਰ ਨਜ਼ਰ ਕਰਦਾ ਤੇ रामचੰਦ ਨਾਲ ਨਜ਼ਰ ਮਿਲਦੀ ਤੋ ਇੰਨੇ ਤਰੀਕੇ ਨਾਲ ਮੁਸਕਰਾਉਂਦਾ ਕਿ रामचੰਦ ਦੇ ਦਿਲ ਚ ਖੌਫ ਪੈਦਾ ਹੋ ਜਾਂਦਾ ਉਹਨੂੰ भीमसेन ਦਾ ਇਹ ਵਤੀਰਾ ਸਦਾ ਹੀ ਬੜਾ ਅਜੀਬ ਲੱਗਦਾ ਧਰਵਾਦ ਜਲਦ